ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਸਮੇਂ ਕਾਂਗਰਸ ਦੀ ਅੰਦਰੂਨੀ ਕਲਾ ਜਗ ਜ਼ਾਹਰ ਹੋ ਚੁੱਕੀ ਹੈ। ਹੁਣ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਬਟਾਲਾ ਵਿੱਚ ਪ੍ਰੈਸ ਵਾਰਤਾ ਕੀਤੀ ਗਈ, ਜਿੱਥੇ ਉਹਨਾਂ ਨੇ ਮੀਡੀਆ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਸਭ ਤੋਂ ਪਹਿਲਾਂ ਮੰਤਰੀ ਬਾਜਵਾ ਨੇ ਸਾਬਕਾ ਮੰਤਰੀ ਰਹੇ ਅਸ਼ਵਨੀ ਸੇਖੜੀ ਵੱਲੋਂ ਤਾਲਿਬਾਨੀ ਸੋਚ ਦੱਸੇ ਜਾਣ 'ਤੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਬਟਾਲਾ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਉਹਨਾਂ ਦੀ ਡਿਊਟੀ ਲਗਾਈ ਹੈ ਅਤੇ ਉਹ ਆਪਣੀ ਡਿਊਟੀ ਬਖੂਬੀ ਨਿਭਾਉਣਗੇ। ਉਹਨਾਂ ਦਾ ਕਹਿਣਾ ਸੀ ਕਿ ਤਾਲਿਬਾਨ ਤਾਂ ਲੁੱਟਣ ਆਉਂਦੇ ਨੇ, ਪਰ ਅਸੀਂ ਕਿਸੇ ਨੂੰ ਨਹੀਂ ਲੁੱਟਣ ਦੇਵਾਂਗੇ ਅਤੇ ਲੋਕਾਂ ਦੇ ਕੰਮ ਕਰਕੇ ਵਿਖਾਵਾਂਗੇ। ਇਸ ਤੋਂ ਇਲਾਵਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਹੋਰ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ। ਦੇਖੋ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਇਹ ਸਪੈਸ਼ਲ ਰਿਪੋਰਟ। ਮੇਰੀ ਡਿਊਟੀ ਲੱਗੀ, ਜੋ ਕਰੀ ਜਾ ਰਿਹਾ ਉਹ ਡਿਵੈਲਪਮੈਂਟ ਕਰਾ ਰਿਹਾ। ਸਾਡਾ ਦੇਖੋ ਮਿਸ਼ਨ ਆ ਵੀ ਜੋ ਪੈਸਾ ਆ ਰਿਹਾ ਉਹ ਪ੍ਰੋਪਰਲੀ ਲੱਗੇ। ਹਾਂ, ਮੈਂ ਤੁਹਾਨੂੰ ਸਾਰੀ ਪ੍ਰੈਸ ਨੂੰ ਕਹਿੰਦਾ, ਜੇ ਉਹ ਪ੍ਰੋਪਰਲੀ ਨਹੀਂ ਲੱਗ ਰਿਹਾ ਤਾਂ ਜ਼ਰੂਰ ਦੱਸੋ। ਸਰ, ਇੱਕ ਹੋਰ ਉਹਨਾਂ ਨੇ ਸਵਾਲ ਕੀਤਾ ਸੀ, ਜਿਹੜੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਆ ਕੇ ਜਿਹੜਾ ਅੰਮ੍ਰਿਤ ਦੀ ਯੋਜਨਾ ਸਕੀਮ ਦੇ ਤਹਿਤ ਪੈਸਾ ਪਾਸ ਹੋਇਆ ਸੀ, ਉਹ ਪੈਸਾ ਕਿਉਂ ਨਹੀਂ ਇੱਥੇ ਲਾਇਆ ਜਾ ਰਿਹਾ? ਦੇਖੋ ਵੀਰ ਜੀ, ਉਹ ਪੈਸਾ ਲਾ ਦੇ ਟੈਂਡਰ ਹੋਏ ਸੀਗੇ, ਉਹ ਟੈਂਡਰ 100 ਪਤਾ ਨਹੀਂ ਕਿੰਨੇ ਕਰੋੜ ਦਾ, 130-132 ਕਰੋੜ ਦਾ ਸੀਗਾ। ਉਹਦਾ ਉਹਦਾ ਟੈਂਡਰ ਕਿਸੇ ਨੇ ਦਿੱਤਾ ਨਹੀਂ। ਹੁਣ ਟੈਂਡਰ ਨੂੰ ਪਾਸ ਕੀਤਾ, ਟੈਂਡਰ ਲੱਗ ਗਏ ਨੇ, ਟੈਂਡਰ ਖੁੱਲ੍ਹ ਗਏ ਨੇ, ਉਹਨਾਂ ਦੀ ਟੈਕਨੀਕਲ ਬਿਡ ਦੇਖੀ ਜਾ ਰਹੀ ਹੈ, ਫਾਈਨੈਂਸ਼ੀਅਲ ਕਪੈਸਿਟੀ ਦੇਖੀ ਜਾ ਰਹੀ ਹੈ, ਉਹ ਟੈਂਡਰ ਛੇਤੀ ਅਲਾਟ ਹੋ ਜਾਂਦਾ। ਪ੍ਰਤਾਪ ਸਿੰਘ ਬਾਜਵਾ ਨੇ ਅਤੁਲ ਨੰਦਾ ਨੂੰ ਹਟਾਉਣ ਦੀ ਗੱਲ ਕੀਤੀ ਆ ਤੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ ਤੁਹਾਡੇ ਹੀ ਨੇਤਾ ਸੁਰਜੀਤ ਧਮਾਨ ਵੀ ਖੜ ਗਏ ਨੇ, ਉਹਨਾਂ ਦਾ ਵੀ ਕਹਿਣਾ ਕਿ ਅਤੁਲ ਨੰਦਾ ਨੂੰ ਹਟਾ ਦੇਣਾ। ਦੇਖੋ, ਅਤੁਲ ਨੰਦਾ ਏਜੀ ਰੱਖਣ ਦੀ ਪਾਵਰ ਸੀਐਮ ਸਾਹਿਬ ਦੀ ਹੈ, ਉਹ ਜਿਸ ਨੂੰ ਮਰਜ਼ੀ ਏਜੀ ਰੱਖਣ ਨਾ ਰੱਖਣ, ਇਸ ਕਰਕੇ ਉਹ ਸੀਐਮ ਸਾਹਿਬ ਦੀ ਪਾਵਰ ਆ, ਸੀਐਮ ਸਾਹਿਬ ਦਾ ਰਾਈਟ ਆ ਉਹ ਜਿਹਨੂੰ ਮਰਜ਼ੀ ਰੱਖਣ। ਉਹ 6 ਮੰਤਰੀਆਂ ਨੂੰ ਪਤਾ ਲੱਗਾ ਜੀ ਜਿਨ੍ਹਾਂ ਨੇ ਪ੍ਰਤਾਪ ਬਾਜਵਾ ਸਾਹਿਬ ਨਾਲ ਗੱਲ ਕੀਤੀ? ਮੈਂ ਕਹਿੰਦਾ ਪ੍ਰਤਾਪ ਜੀ ਇੱਕ ਮੰਤਰੀ ਦਾ ਨਾਂ ਲੈਣ ਉਹਨੂੰ ਪੁੱਛ ਲਾਂਗੇ। ਉਹ ਕਹਿੰਦੇ ਕਿ ਨੌਕਰੀ ਚਲ ਜਾਣੀ ਜੀ ਉਹਨਾਂ ਦੀ। ਚਲੋ ਜੀ, ਨੌਕਰੀ ਜਿਨ੍ਹਾਂ ਨੂੰ ਮਿਲੀ ਨਹੀਂ ਉਹ ਕਹਿਣ ਦੇ ਨੌਕਰੀ ਚਲੇ ਜਾਏ। ਦਿੱਲੀ ਦੀ ਇਲੈਕਸ਼ਨ ਬਾਈ ਦਾ ਬਿਗਲ ਵਜਾਤਾ ਜੀ, ਉਹ ਕਹਿੰਦੇ ਬਾਈ ਨੂੰ ਪੱਕੇ ਤੌਰ ਤੇ ਆ ਗਿਆ। ਹਾਂਜੀ, ਬਾਈ ਦਾ ਬਿਗਲ ਉਹਨਾਂ ਨੇ ਵਜਾਤਾ ਬਿਆਨ। ਬਹੁਤ ਚੰਗੀ ਗੱਲ ਹੈ ਜੀ, ਬਹੁਤ ਚੰਗੀ ਗੱਲ ਹੈ, ਵਜਾਤਾ ਤੇ ਬਹੁਤ ਚੰਗੀ ਗੱਲ ਹੈ। ਕਹਿੰਦੇ ਬਾਈ ਨੂੰ ਪੱਕੇ ਤੌਰ ਤੇ ਆ ਗਿਆ। ਮੈਂ ਕੌਣ ਆ ਗਿਆ? ਪ੍ਰਤਾਪ ਬਾਜਵਾ ਕਹਿੰਦੇ। ਮੈਂ ਕਹਿੰਦਾ ਉਹ ਇੱਥੇ ਰਹਿਣ ਜੀ, ਸਦਕੇ ਰਹਿਣ ਵੇ ਸੀ, ਉਹਨਾਂ 'ਚ ਕੀ ਗੱਲ ਆ? ਜੀ ਸਦਕੇ ਆਉਣ ਜੀ, ਉਹਨਾਂ ਦਾ ਆਪਣਾ ਰਾਈਟ ਹੈ, ਉਹ ਆਪ ਵਧੀਆ ਲੀਡਰ ਨੇ, ਜੀ ਸਦਕੇ ਆਉਣ, ਕਿਹੜੀ ਗੱਲ ਆ? ਦਿੱਲੀ ਦੀ ਇਲੈਕਸ਼ਨ ਲੈ ਕੇ ਕੀ ਕਹੋਗੇ ਜੀ? ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਨੇਤਰੀਆਂ ਹੋਈਆਂ। ਚੰਗੀ ਗੱਲ ਆ ਜੀ, ਮੈਂ ਦਿੱਲੀ ਕਦੇ ਗਿਆ ਆਇਆ ਨਹੀਂ, ਮੈਨੂੰ ਕੋਈ ਉੱਥੋਂ ਦੇ ਹਾਲਾਤ ਦਾ ਪਤਾ ਨਹੀਂ ਗਾ, ਪਰ ਕਾਂਗਰਸ ਪਾਰਟੀ ਬੜਾ ਸੀਰੀਅਸ ਇਲੈਕਸ਼ਨ ਲੜਦੀ ਆ, ਹੁਣ ਸਾਡੀਆਂ ਡਿਊਟੀਆਂ ਲੱਗਣੀਆਂ ਨੇ, ਫਿਰ ਜਾਵਾਂਗੇ ਪਤਾ ਲੱਗੇ। ਸਰ, ਜਿਹੜੀ ਬਟਾਲਾ ਦਾ ਚੱਲ ਰਿਹਾ ਲਗਾਤਾਰ, ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ, ਕਦੀ ਤਾਲਿਬਾਨੀ ਸੋਚ ਦੀ ਗੱਲ ਆਉਂਦੀ ਹੈ, ਬੇਸਿਕਲੀ ਕਦੀ ਇੱਕ ਕਮਿਊਨਿਟੀ ਨੂੰ ਵੀ ਕੋਟ ਕੀਤਾ ਜਾ ਰਿਹਾ, ਕਦੀ ਸਰਦਾਰ ਨੂੰ ਕੀਤਾ ਜਾ ਰਿਹਾ, ਅੱਜ ਕਿਹਾ ਜਾ ਰਿਹਾ ਕਿਸੇ ਕਦੇ ਸਰਦਾਰ ਨੂੰ, ਬਦ ਕਿਸਮਤੀ ਦੀ ਗੱਲ ਆ, ਸਰਦਾਰ ਨੂੰ ਤਾਂ ਕੋਟ ਕਰਦੇ ਹੀ ਨਹੀਂ, ਬਦਕਿਸਮਤੀ ਦੀ ਗੱਲ ਆ। ਮੈਂ ਛੋਟੇ ਵੀਰ ਸੇਖ ਜੀ ਨੂੰ ਕਹਾਂਗਾ ਵੀ ਧਰਮਾਂ ਦੀ ਲੜਾਈ ਨਾ ਬਣਾ, ਡਿਵੈਲਪਮੈਂਟ ਦੀ ਲੜਾਈ ਆਪਾਂ ਕਰੀਏ। ਕ੍ਰਿਸਚਨ ਵੀਰ ਮੈਨੂੰ ਜਿਤਾਉਂਦੇ ਨੇ, ਮੇਰੇ ਕ੍ਰਿਸਚਨ ਕੋਈ ਵੈਰੀ ਨਹੀਂ ਹੈਗੇ, ਨਾ ਮੈਂ ਬੇਰੰਗ ਕਾਲੀ ਦਾ ਵੈਰੀ ਹਾਂ, ਮੇਰੀ ਤਾਂ ਇੱਕੋ ਜਿਹੀ ਸੋਚ ਆ, ਤੁਹਾਨੂੰ ਜਦੋਂ ਨਿਸ਼ਾਨ ਦੀ ਹੋਵੇਗੀ, ਜਦੋਂ ਲੱਗ ਜਾਣਗੇ ਪਿੱਲਰ, ਉਦੋਂ ਤੁਹਾਨੂੰ ਮੌਕੇ 'ਤੇ ਖੜ ਕੇ ਵਿਖਾ ਲਵਾਂਗੇ, ਫਿਰ ਤੁਹਾਡੇ ਕੋਲ ਫੈਸਲਾ ਲਵਾਂਗੇ ਕਿ ਕੀ ਇਹ ਸੜਕ ਚੌੜੀ ਹੋਣੀ ਚਾਹੀਦੀ ਹੈ, ਕਿਸੇ ਕੋਲ ਛਡਾਉਣੀ ਚਾਹੀਦੀ ਕਿ ਨਹੀਂ ਛਡਾਉਣੀ ਚਾਹੀਦੀ। ਮੇਰਾ ਜਾਤੀ ਕੀ ਇੰਟਰਸਟ ਆ, ਉੱਥੋਂ ਲੰਘਦਿਆਂ ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ, ਜਦੋਂ ਅਸੀਂ ਕਾਦੀਆਂ ਦੇ ਦਿਨ ਮੁੜਨੇ ਹਾਂ, ਸਾਨੂੰ ਪਤਾ ਇਹ ਪੁਲ ਇਸ ਤਰ੍ਹਾਂ ਹੀ ਚੱਲਣਾ। ਜਦੋਂ ਉਹ ਪੁਲ ਬਣ ਜਾਏਗਾ, ਫਿਰ ਫੈਬਰੀ 'ਚ ਆ ਪੁਲ ਬਣ ਜਾਣਾ। ਉਸ ਤੋਂ ਪਹਿਲਾਂ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਆ ਕਾਨਵਨ ਰੋਡ ਨੂੰ, ਜਿਹੜਾ ਜੀ ਟੀ ਰੋਡ ਸੜਕ ਪੁਲ ਥੜ ਹੈਗੀ ਆ, ਉਹ ਵੀ ਪੁਲ ਬਣ ਜਾਵੇ, ਫਿਰ ਇਸ ਜਲੰਧਰ ਵਾਲੇ ਪੁਲ ਨੂੰ ਛੇੜਿਆ ਜਾਵੇ। ਸਾਡੀ ਸੋਚ 'ਤੇ ਅਸੀਂ ਤਾਂ 8.5 ਕਰੋੜ ਰੁਪਈਆ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਆ ਵੀ ਉਹ ਸੜਕ ਬਣਾਉਣ ਲਈ ਉੱਥੋਂ ਕਾਨਵਨ ਰੋਡ ਨੂੰ ਜੁੜ ਜਾਵੇ। ਉਹ ਸੀਐਮ ਸਾਹਿਬ ਦੀ ਬੇਨਤੀ ਕਰਕੇ ਸੀਐਮ ਸਾਹਿਬ ਦੇ ਰਿਹੜੀ ਆ, ਉਹਨਾਂ ਨੇ ਅੱਗੇ ਬੜੇ ਪੈਸੇ ਦਿੱਤੇ ਆ, ਅਤੇ ਹੋਰ ਵੀ ਰਿਕੁਐਸਟ ਕਰ ਰਿਹਾ ਵੀ ਕਿਉਂਕਿ ਬਾਬੇ ਨਾਨਕ ਜੀ ਦਾ 1 ਸਾਲ ਮਨਾਉਣਾ, ਫਿਰ ਰਿਕੁਐਸਟ ਕਰ ਰਿਹਾ ਵੀ ਉਹ ਸੜਕ ਵੀ ਉੱਥੇ ਜੁੜ ਜਾਵੇ, ਫਿਰ ਅਸੀਂ ਇਸ ਪੁਲ ਨੂੰ ਜਿਹੜਾ ਡਿਸਮੈਂਟਲ ਕਰੀਏ। ਅਸਾਂ ਕਿਸੇ ਦੀ ਲੁੱਟ ਖਸੁੱਟ ਬੰਦ ਕੀਤੀ ਆ, ਉਹ ਨਾਰਾਜ਼ ਨੇ। ਤਾਲਿਬਾਨ ਤਾਂ ਲੁੱਟਣ ਵਾਲਿਆਂ ਨੂੰ ਤਾਲਿਬਾਨ ਕਹਿੰਦੇ ਨਾ, ਜੇ ਕੋਈ ਲੁੱਟ ਖਸੁੱਟ ਹੋ ਰਹੀ ਆ ਤਾਂ ਦੱਸੋ। ਸੋ ਮੈਂ ਬੇਨਤੀ ਕਰ ਰਿਹਾ, ਸਾਡਾ ਕੋਈ ਇੰਟਰਸਟ ਨਹੀਂ ਇੱਥੇ ਪੋਲੀਟੀਕਲ, ਸਾਡਾ ਕੰਮ ਆ
ਜੀ ਟੀ ਰੋਡ ਜੇ ਕਿਸੇ ਦੇ ਕਬਜ਼ੇ ਥੱਲੇ ਆ ਭਾਵੇਂ ਏ ਬੀ ਸੀ ਡੀ ਕੋਈ ਵੀ ਆ ਕਿਸੇ ਦਾ ਲਿਹਾਜ਼ ਨਹੀਂ ਕਰਾਂਗੇ ਪਹਿਲਾਂ ਉਹਨੂੰ ਬੇਨਤੀ ਕਰਾਂਗੇ ਫਿਰ ਕਾਨੂੰਨੀ ਪ੍ਰਥਾ ਕਰਾਂਗੇ ਨੋਟਿਸ ਦਿਆਂਗੇ ਵੀ ਤੇਰੇ ਥੱਲੇ ਭਰਾ ਆਉਂਦੀ ਆ ਅਤੇ ਛੱਡ ਦੇ ਜੀ ਟੀ ਰੋਡ ਜਿਹੜੀ ਆ ਉਹ ਸ਼ੁਰੂ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਮੌਕੇ 'ਤੇ ਮੰਤਰੀ ਬਾਜਵਾ ਨੇ ਦਿੱਲੀ ਚੋਣਾਂ ਬਾਰੇ ਵੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਪਾਰਟੀ ਉਹਨਾਂ ਦੀ ਡਿਊਟੀ ਲਾਉਂਦੀ ਹੈ ਤਾਂ ਉਹ ਦਿੱਲੀ ਜਾ ਕੇ ਵੀ ਡਿਊਟੀ ਸੰਭਾਲਣਗੇ ਅਤੇ ਕਾਂਗਰਸ ਦਾ ਪ੍ਰਚਾਰ ਕਰਨਗੇ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ